ਨਾਬਾਦ ਜ਼ਿਲ੍ਹਾ ਜੇਲ੍ਹ 'ਚ ਹਵਾਲਤੀ ਅਰਿੰਦਰਪਾਲ ਸਿੰਘ ਨੇ ਜੇਲ੍ਹ ਦੇ ਬਾਥਰੂਮ ਦੇ ਅੰਦਰ ਹੀ ਗਲਫਾਲ ਲਗਾ ਕੇ ਆਤਮ ਹੱਤਿਆ ਕਰ ਲਈ। ਜੇਲ੍ਹ ਦੇ ਸੁਪਰਡੈਂਟ ਬਲਕਾਰ ਸਿੰਘ ਭੁੱਲਾ ਨੇ ਦੱਸਿਆ ਕਿ ਜਦੋਂ ਉਹ ਬਾਥਰੂਮ 'ਚ ਗਿਆ ਤਾਂ ਬਾਥਰੂਮ ਤੋਂ ਵਾਪਸ ਨਹੀਂ ਆਇਆ ਤਾਂ ਉਸਨੇ ਪੱਖੇ ਦੇ ਨਾਲ ਗਲਫਾਲ ਲਗਾਇਆ ਅਤੇ ਇਹ ਨੀਚੇ ਡਿੱਗ ਪਿਆ। ਇਸ ਨਾਲ ਜਲਦੀ ਹੀ ਨਾਭਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਜੇਲ੍ਹ 'ਚੋਂ ਕੈਦੀ ਆਇਆ ਹੈਗਾ ਹਰਿੰਦਰਪਾਲ ਸਿੰਘ ਨਾਮ ਦਾ, ਜਿਹੜਾ ਸਾਡੇ ਕੋਲ ਆਇਆ ਤਾਂ ਨਾ ਉਹਦਾ ਬੀ ਪੀ ਸੀ ਨਾ ਪਲਸ ਸੀ ਅਤੇ ਉਹ ਬਰੋਡ ਡੈਡ ਅਸੀਂ ਘੋਸ਼ਿਤ ਕੀਤਾ ਹੈਗਾ। ਪੁਲਿਸ ਨੂੰ ਇਨਫੋਰਮੇਸ਼ਨ ਭੇਜ ਦਿੱਤੀ। 35 ਸਾਲ ਦੇ ਲਗਭਗ ਤਕਰੀਬਨ ਸਵੇਰੇ 9 ਵਜੇ ਦੇ ਕਰੀਬ ਇਹ ਆਪਣੇ ਮਲਾਜਾ ਵਾਰਡ ਦੇ ਵਿੱਚ ਜਿੱਥੇ ਆਪਣੇ ਦੂਜੇ ਬੰਦੀਆਂ ਨਾਲ ਬੰਦ ਸੀ, ਉਹਨਾਂ ਦੇ ਦੱਸਣ ਮੁਤਾਬਕ ਇਹ ਸਾਡੇ ਨਾਲ ਚਾਹ ਪੀ ਕੇ ਅਤੇ ਬਾਥਰੂਮ ਵਗੈਰਾ ਪੁੱਛ ਕੇ ਗਿਆ ਅਤੇ ਕੁਝ ਚਿਰ ਨਾ ਆਉਣ 'ਤੇ ਅਸੀਂ ਜਾ ਕੇ ਇਹਨੂੰ ਦੇਖਿਆ ਅਤੇ ਇਹ ਉੱਥੇ ਜਿਹੜਾ ਚੱਕੀ ਦੇ ਵਿੱਚ ਪੱਖਾ ਉਹਦੇ ਨਾਲ ਇਹਦੀ ਚਾਦਰ ਲਟਕਦੀ ਸੀ, ਲੇਕਿਨ ਇਹ ਥੱਲੇ ਤੜਫ ਰਿਹਾ ਸੀ, ਮਤਲਬ ਚਾਦਰ ਨਾਲੋਂ ਖੁੱਲ੍ਹਿਆ ਹੋਇਆ ਸੀ। ਇਹਨੇ ਉੱਥੇ ਫਾਹ ਲੈਣ ਦੀ ਕੋਸ਼ਿਸ਼ ਕੀਤੀ ਹੈ ਅਤੇ ਜਾਂ ਫਾਹ ਲੈ ਅਤੇ ਡਿੱਗ ਪਿਆ, ਇਹ ਤਾਂ ਉਹ ਜਾਣਦੇ ਨੇ ਜਾਂ ਗੋਡ ਨੋਸ। ਬਟ ਇਮੀਜੀਏਟਲੀ ਉਹਨੂੰ ਤੜਫਦੇ ਨੇ ਉਹਨਾਂ ਨਾਲ ਸਾਥੀ ਬੰਦੀਆਂ ਨੇ ਚੱਕ ਕੇ ਅਤੇ ਹੋਸਪਿਟਲ 'ਚ ਖੜਿਆ ਜੇਲ੍ਹ ਵਾਲੇ 'ਚ, ਉੱਥੋਂ ਫਾਰਮਾਸਿਸਟ ਨੇ ਤੁਰੰਤ ਇਹਨੂੰ ਬਾਹਰਲੇ ਹੋਸਪਿਟਲ ਭੇਜਣ ਵਾਸਤੇ ਰੈਫਰ ਕਰ ਦਿੱਤਾ ਅਤੇ ਅਸੀਂ ਇਹਨੂੰ ਸਿਵਲ ਹੋਸਪਿਟਲ ਨਾਭੇ ਭੇਜ ਦਿੱਤਾ ਜਿੱਥੇ ਇਹਨੂੰ ਮ੍ਰਿਤ ਘੋਸ਼ਿਤ ਕਰਾ ਦਿੱਤਾ। ਨਹੀਂ, ਇਹ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਜਦੋਂ ਇੱਥੋਂ ਉਹਨਾਂ ਨੇ ਵਾਰਡ 'ਚੋਂ ਲਿਆਂਦਾ ਸਾਡੇ ਫਾਰਮਾਸਿਸਟ ਕੋਲ, ਉਦੋਂ ਤੱਕ ਇਹ ਬੰਦਾ ਸਹਿਕਦਾ ਸੀ ਕਿਉਂਕਿ ਤੜਫਦਾ ਹੀ ਸੀ ਜਦੋਂ ਉਹਨੇ ਵੇਖਿਆ। ਇਸ ਕਰਕੇ ਅਸੀਂ ਨਹੀਂ ਇਹਦੇ ਬਾਰੇ ਕੁਛ ਵੀ ਕਹਿ ਸਕਦੇ। ਉਹਨਾਂ ਨੇ ਬਰੋਡ ਡੈਡ ਲਿਖਿਆ। ਕੀ ਕਾਰਨ ਬਣਿਆ ਫਾਹ ਲੈਣ ਦੇ? ਉਹਦਾ ਵੇਖੋ ਜੀ, ਕੱਲ੍ਹ ਵੀ ਉਹਦੇ ਰਿਸ਼ਤੇਦਾਰ ਮੁਲਾਕਾਤ ਕਰਕੇ ਗਏ ਸਨ ਇੱਥੇ। ਉਹਦੇ ਅਸੀਂ ਜਿੱਦਣ ਉਹਨੂੰ ਪੁੱਛਿਆ ਸੀ ਗੱਲਬਾਤ, ਉਹ ਇਸ ਚੀਜ਼ ਦੀ ਉਹਨੇ ਚਿੰਤਾ ਜ਼ਾਹਰ ਕੀਤੀ ਸੀ ਵੀ ਮੇਰਾ ਇੱਕ ਬੱਚਾ ਹੈ ਅਤੇ ਮੇਰੀ ਵਾਈਫ ਨੇ ਉਹ ਮੇਰੀ ਮਦਰ ਦੇ ਨਾਲ ਉਹਦਾ ਝਗੜਾ ਸੀ ਰਹਿੰਦਾ ਅਤੇ ਦੋਵੇਂ ਝਗੜਦੀਆਂ ਸੀ, ਮੈਂ ਦੋਵਾਂ ਨੂੰ ਹਟਾ ਕੇ ਬੱਚਿਆਂ ਲੈ ਕੇ ਬਾਹਰ ਚਲੇ ਗਿਆ ਅਤੇ ਉਹ ਮਗਰੋਂ ਮੇਰੀ ਵਾਈਫ ਨੇ ਪੱਖੇ ਨਾਲ ਫਾਹ ਲੈ ਕੇ ਅਤੇ ਉਹਦੀ ਡੈਥ ਹੋ ਗਈ। ਮੈਨੂੰ ਅਫਸੋਸ ਹੈ ਬਸ। ਨਾਭਾ ਤੋਂ ਬ੍ਰਿਜ ਖਰਾਂ ਦੀ ਰਿਪੋਰਟ, ਚੈਨਲ 2।